ਤੇਰਾ ਹੱਦਾ ਤੇ ਤੈਨੂੰ ਮੈਂ ਕੰਮ ਹੀ ਨਹੀਂ ਕਰਨ ਦੂੰਗਾ ਕੰਮ ਤੇ ਆ ਵੇਖੋ ਇਹ दारू ਪਕੜੀਏ ਤੇ ਇਹ ਕਹਿੰਦੇ ਠੇਕੇ ਵਾਲੇ ਮੈਨੂੰ ਕਿਹਾ ਕਹਿੰਦੇ ਠੇਕੇ ਵਾਲੇ ਨੇ ਕਿਹਾ ਜੀ ਨਾਮ ਬੋਲ ਉਹਦਾ ਠੇਕੇ ਵਾਲੇ ਦਾ ਨਾਮ ਕੀ ਹੈ ਨਾਮ ਬੋਲ ਇੰਡੀਅਨ ਆਇਲ ਹੈ ਇੰਡੀਅਨ ਆਇਲ ਇੰਡੀਅਨ ਬੋਇਨ ਬੋਇਨ ਓਕੇ ਇਹ ਕਿੱਥੇ ਹੈ ਇਹ 2 ਨੰਬਰ ਦੀ दारू ਸ਼ਰੇ ਆਮ ਵੇਚ ਰਿਹਾ ਪੁਲਿਸ ਮਹਿਕਮਾ ਨਾਲ ਰਲਿਆ दारू वेच रहे हो दारू जी रंगे इतनी पकड़ी है दारू मेरी पीने रखी अपनी नहीं एडी वाली पीने से रख ली देखो पीने रखी ठेका कि बोलोगे कितने ठेका मार्केट सरेआम बेचो दारू नहीं सरिया नहीं बेचो कहते कहते परिंदा बेचो परमिशन है परमिशन ठेका देखे जाते परमिशन है लिखती परमिशन है ठेके वाले परमिशन को हैगी कि नहीं हैगी ठेके वाले देखे जाते परमिशन हैगी या नहीं ठेके वाले को परमिशन श्रीमान जी मैं जे तुसी दारू ठेके वाले को परमिशन घर घर बेचन दी है तुहाडे को परमिशन है ठेके वाले को परमिशन ठेके वाले देखे जाते वो तुहाडे ने लिखती तुहानू को दित्ता के ठेके वालों ठेके वाले कहते साडा माल बेच दो तुसी तुहानू कोई नहीं फिर उन्होंने तुहानू कितों परमिशन देती हो कि वो कहते भाई साडा माल बेचो कुछ कोई कुछ नहीं कहोगे तो एक तुहाडे ते इल्जाम लगा कि मतलब एमएलए गोगी दी शायद उते सारा गोगी जी गोगी नाम लंदा जी शरेआम नाम लंदा नाम लिया तुसी पहले मंत्री साहब दा नाम लंदा रहया है ए दारू तुसी बेच रहे हो गलत है या सही है ना दसो गलत है या सही है हां जी दारू तुसी बेच रहे हो शरेआम गलत है या सही है बिना ओदे तो भी ठेके वाले कहते हैं ठेके वाले ने कहा भाई साडा माल दारू बेचना इथे गलत है या सही है अच्छा बिल लगे थे ਤੁਹਾਡੇ ਕੋਲ ਹਾਂਜੀ ਬਿੱਲ ਲਗੇ ਤੁਹਾਡੇ ਕੋਲ दारू ਦਾ ਬਿੱਲ ਲਗਾ ਜਿਹੜੇ ਹੈਗੇ ਤਾਂ ਬਿੱਲ ਠੇਕੇ ਤੇ ਤੁਹਾਡੇ ਕੋਲ ਹੈਗਾ ਜਾਂ ਨਹੀਂ ਹੈਗਾ ਇਹ ਠੇਕੇਦਾਰ ਹੈ ਜੀ ਨਹੀਂ ਹੈਗਾ ਨਾ ਹਾਂਜੀ ਫਿਰ ਤੁਸੀਂ ਗਲਤ ਹੋ ਠੀਕ ਹੈ ਪਹਿਲੇ ਲੈਂਦੇ ਠੀਕ ਹੈ ਓਕੇ ਆ ਦੇਖ ਅੱਛਾ ਇਹਨਾਂ ਨੂੰ ਉਧਾਰ ਦੇ ਦਈਏ ਚੰਗੇ ਹੈ ਪੈਸੇ ਮਾਗੇ ਮਾੜੇ ਹੋਗੇ ਪਾ ਨਹੀਂ ਉਹ ਤੁਹਾਡੇ ਕੋਲ ਪਰਮਿਸ਼ਨ ਹੈਗੀ ਕਿ ਨਹੀਂ ਹੈਗੀ ਇਹ ਤਾਂ ਪਰਮਿਸ਼ਨ ਠੇਕੇ ਵਾਲੇ ਦੇ ਕੇ ਜਾਂਦੇ ਸਾਨੂੰ ਠੇਕੇ ਵਾਲੇ ਦੇ ਕੇ ਜਾਂਦੇ ਠੇਕੇ ਵਾਲੇ ਕਹਿੰਦੇ ਹਾਂ ਵੀ ਵੇਚੋ ਹਾਂਜੀ ਅੱਛਾ ਆ ਗਿਆ ਸੀ ਉਹ ਕੋਈ ਨਹੀਂ ਬਿੱਲ ਵੀ ਨਹੀਂ ਹੈਗਾ ਨਾ ਤੁਹਾਡੇ ਕੋਲ ਬਿੱਲ ਹੈ ਨਾ ਤੁਹਾਡੇ ਕੋਲ ਪਰਮਿਸ਼ਨ ਹੈ ਮੇਰੀ ਗੱਲ ਸੁਣੋ ਕਿ ਜੀ ਆਪਾਂ ਐਮਐਲਏ ਨਾਮ ਲਿਆ ਕਿ ਗੋਗੇ ਨਾਮ ਲਿਆ ਕਿ ਜੀ ਪੁਲਿਸ ਨਾਮ ਲਿਆ ਆਪਾਂ ਨਾਮ ਠੇਕੇ ਵਾਲੇ ਤੁਹਾਡੇ ਕੋਲ ਨਾ ਬਿੱਲ ਹੈ ਤੇ ਨਾ ਹੀ ਉਹ ਹੈਗਾ ਪਰਮਿਸ਼ਨ ਹੈ ਤੇ ਫਿਰ ਵੇਚਣਾ ਗਲਤ ਨਹੀਂ ਸਮਝਦੇ ਤੁਸੀਂ ਠੇਕੇ ਵਾਲੇ ਕਹਿੰਦੇ ਵੀ ਸਾਡਾ ਮਾਲ ਹੈ ਤੁਸੀਂ ਵੇਚੋ ਤੁਹਾਨੂੰ ਕੋਈ ਕੁਝ ਨਹੀਂ ਕਹੋ ਤੇ ਨਹੀਂ ਜੇ ਠੇਕੇ ਵਾਲੇ ਸੀਪੀ ਤੋਂ ਨਾ ਲੱਗੇ ਡੀਐਸਪੀ ਤੋਂ ਨਾ ਲੱਗੇ ਉਹ ਨਹੀਂ ਪਤਾ ਉਹ ਕਹਿੰਦੇ ਸਾਡਾ ਮਾਲ ਹੈ ਇਲੀਗਲ ਹੈ ਇਲੀਗਲ ਨਾ ਤੇ ਚੀਜ਼ ਆਪਣੀ ਗਲਤੀ ਮੰਨਿਓ ਨਹੀਂ ਮੰਦੇ ਇਹ ਦੱਸੋ ਮੈਨੂੰ ਠੇਕੇ ਵਾਲੇ ਕਹਿੰਦੇ ਸਾਡਾ ਮਾਲ ਵੇਚ ਦੋ ਯਾਰ ਗੱਲ ਮੇਰੀ ਸ਼੍ਰੀਮਾਨ ਜੀ ਮੇਰੀ ਬੇਨਤੀ ਸੁਣੋ ਅਗਰ ਤੁਸੀਂ ਬਿਨਾ ਬਿੱਲ ਤੋਂ ਵੇਚ ਰਹੇ ਹੋ ਬਿਨਾ ਪਰਮਿਸ਼ਨ ਤੋਂ ਵੇਚ ਰਹੇ ਹੋ ਤੁਹਾਡੀ ਗਲਤੀ ਹੈਗੀ ਜਾਂ ਨਹੀਂ ਹੈਗੀ ਬਿਨਾ ਪਰਮਿਸ਼ਨ ਤੋਂ ਵੇਚ ਰਹੇ ਹੋ ਬਿਨਾ ਠੇਕੇ ਵਾਲੇ ਨੇ ਦਿੱਤਾ ਪਰਮਿਸ਼ਨ ਉਹ ਅੱਛਾ ਉਹਨਾਂ ਨੇ ਪਰਮਿਸ਼ਨ ਦਿੱਤੀ ਹਾਂ ਕਹਿੰਦੇ ਵੇਚੋ ਕਹਿੰਦੇ ਸਾਡਾ ਮਾਲ ਮਤਲਬ ਤੁਹਾਡੀ ਗਲਤੀ ਨਹੀਂ ਹੈਗੀ ਗਲਤੀ ਠੇਕੇ ਵਾਲੇ ਕਹਿੰਦੇ ਕਿੰਨੇ ਸਮੇਂ ਤੋਂ ਵੇਚ ਰਹੇ ਹੋ ਤੁਸੀਂ ਦੋ ਤਿੰਨ ਸਾਲ ਹੋ ਗਏ ਕਿੰਨੇ ਸਮੇਂ ਤੋਂ ਵੇਚ ਰਹੇ ਹੋ ਗੱਡੀ ਲੈ ਦੋ ਤਿੰਨ ਸਾਲ ਹੋ ਗਏ ਦੋ ਤਿੰਨ ਸਾਲ ਖਲਾਈ ਨਾ ਗੱਡੀ ਅੱਛਾ ਇੱਥੇ ਗੱਲਬਾਤ ਕੀ ਹੋਈ ਹੈ ਜੀ ਪ੍ਰਧਾਨ ਜੀ ਏਰੀਆ ਕਿਹੜਾ ਪੈਂਦਾ ਇਹ ਜਵਾਹਰ ਨਗਰ ਗਲੀ ਨੰਬਰ 10 ਹੈ ਜੀ ਠੀਕ ਹੈ ਜੀ ਕੀ ਗੱਲਬਾਤ ਹੋਈ ਜੀ ਇਹ ਕਈ ਦੀ ਕਈ ਜੀ ਹੈ ਜੀ ਹਾਂਜੀ ਆ ਇਹਨਾਂ ਦੀ ਸੁਣ ਲਓ ਜੀ ਛੱਡੋ ਤੁਸੀਂ ਬੋਲੋ ਪਹਿਲਾਂ ਇਹ ਬੰਦਾ ਸ਼ਰੇਆਮ दारू ਵੇਚ ਰਿਹਾ ਅਸੀਂ ਅਸੀਂ ਵੀ ਪੀਨੇ ਆ ਕੋਈ ਐਸੀ ਗੱਲ ਨਹੀਂ ਹੈਗੀ ਅਸੀਂ ਇਹਨੂੰ ਕਿਹਾ ਕਈ ਵਾਰੀ ਬੱਚੇ ਲੈਣ ਆਉਂਦੇ ਆ ਇਹ ਸ਼ਰੇਆਮ ਵੇਚੀ ਜਾਂਦਾ ਮੈਂ ਕਹਾਂ ਇਹ ਕੰਮ ਨਾ ਕਰ ਬੱਚਿਆਂ ਨੂੰ ਨਾ ਦਿਆ ਕਰ ਇਹ ਇਹ ਤਾਂ ਠੀਕ ਹੈ ਜਿਹੜਾ ਵੇਚਦਾ ਹੈ ਜਾਂ ਕਿਹੜੀ ਜਗ੍ਹਾ ਹੈ ਨਹੀਂ ਕਹਿੰਦਾ ਮੇਰੇ ਕੋਲ ਪਰਮਿਸ਼ਨ ਹੈ ਜੀ ਮੈਂ ਪੁਲਿਸ ਨੂੰ ਪੈਸੇ ਦਿੰਨਾ ਐਮਐਲਏ ਦਾ ਸਿਰ ਮੇਰੇ ਸਿਰ ਤੇ ਮੇਰੇ ਹੱਥ ਹੈ ਇਹ ਗੱਲ ਕਹੀ ਹੈ ਤੂੰ ਮੈਨੂੰ ਗੱਲ ਐਮਐਲਏ ਦੇ ਹੋਈ ਨਾ ਪੁਲਿਸ ਲਿਆ ਦੀ ਹਾਂ ਨਹੀਂ ਠੀਕ ਹੈ ਜੀ ਇਹ ਕਹਿੰਦਾ ਸ਼ਰੇਆਮ ਮੈਂ ਕਹਿੰਦਾ ਪੈਸੇ ਦਿੰਨਾ ਪੁਲਿਸ ਨੂੰ ਠੀਕ ਹੈ ਗੱਲ ਮੈਨੂੰ ਕੋਈ ਰੋਕ ਨਹੀਂ ਸਕਦਾ ਅੱਜ ਅਸੀਂ ਰੰਗੇ ਹੱਥੀ ਫੜਿਆ ਆ ਦੇਖੋ ਜੀ ਆ ਦਿਖਾਓ ਕਿੰਨਾ ਕੁ ਹੋਣਾ ਜੀ ਇਹ ਜਿਹੜਾ दारू ਪਕੜੀ ਇਹ ਗਿਣਿਓ ਜੀ ਕਿੰਨੇ ਪਊਏ ਹਾਂ ਤੇ ਪਊਏ ਵੇਚਦਾ ਜੀ ਇਹ ਕਿੰਨੀ ਚਿਕਨ ਦੀ ਦੁਕਾਨ ਹੈ ਇਹਦੀ ਇਹਦੀ ਚਿਕਨ ਦੀ ਦੁਕਾਨ ਅੱਛਾ ਚਿਕਨ ਦੀ ਦੁਕਾਨ ਦੇ ਵਿੱਚ ਇਹ ਵੇਚ ਰਿਹਾ ਜੀ ਸ਼ਰੇਆਮ ਵੇਚਦਾ ਜੀ ਤੇ ਕਿਹਦੀ ਸ਼ਾਇਦ ਇਹ ਕੰਮ ਚੱਲ ਰਿਹਾ ਇਹ ਇੱਕ ਦੋ ਵਾਰੀ ਅਸੀਂ ਇਹਨੂੰ ਪੁੱਛਿਆ ਦਬਕਾ ਵੀ ਮਾਰਿਆ ਇਹ ਕਹਿੰਦਾ ਜੀ ਮੇਰੇ ਸਿਰ ਤੇ ਐਮਐਲਏ ਦਾ ਹੱਥ ਹੈ ਪੁਲਿਸ ਨੂੰ ਮੈਂ ਪੈਸੇ ਦੇਣਾ ਕਿਹੜਾ ਐਮਐਲਏ ਇਹ ਇਹਨੂੰ ਪਤਾ ਹੋਣਾ ਜੀ ਨਹੀਂ ਤੁਸੀਂ ਉਹਨੇ ਨਾਮ ਲੈ ਰਹੇ ਸੀ ਪਹਿਲਾਂ ਮੰਤਰੀ ਸਾਹਿਬ ਦਾ ਨਾਮ ਲੈ ਇੱਕ ਮਿੰਟ ਜੀ ਪਹਿਲਾਂ ਮੰਤਰੀ ਦਾ ਨਾਮ ਬਦਨਾਮ ਕਰਦਾ ਰਿਹਾ ਹੁਣ ਗੋਗੀ ਸਾਹਿਬ ਦਾ ਨਾਮ ਬਦਨਾਮ ਕਰ ਰਿਹਾ ਜੀ ਇਹ ਤੁਹਾਡੇ ਸਾਹਮਣੇ ਖੜਾ ਗੋਗੀ ਜਿਹੜੇ ਆਮ ਆਦਮੀ ਪਾਰਟੀ ਹਾਂਜੀ ਆਮ ਆਦਮੀ ਪਾਰਟੀ ਤੋਂ ਜੀ ਅੱਛਾ ਜੀ ਹਾਂਜੀ ਤੇ ਹੁਣ ਕਿੰਨੇ ਲੰਬੇ ਸਮੇਂ ਤੋਂ ਇਹ दारू ਵੇਚ ਰਹੀ ਹੈ ਇੱਥੇ ਘੱਟੋ ਘੱਟ ਇਹਨੂੰ
पांच सात साल मैं देखते हो गए। अच्छा। बड़ा नत्त पाने की कोशिश की पर नहीं पाई गई, पर हूँ जो असं शरेआम आ गए अं नत्त पा के हटा जी असी शराब। हाँ जी मेरे को लिखित पई है मेरी गड्डी के मेरी गड्डी खड़ी है, लिखित शिकायत पई है, मैं देनी चाहता सगा, मैं अज इन समझा आया पर इसने अज भी नशा इसने भी किया हो प्रशासन तो और सरकार तो एक मांग करते हैं जिहड़ी घर घर दारू बिक रही है चिट्टा तां नत्थ पैनी नहीं आम आदमी तो ना इन्हां तो पैनी ना पाई जानी, लेकिन जिहड़ी घर घर दारू बेच रहे हैं ये बंद कर दी जाए, नहीं तो फिर असी आ जिहड़ा रूप है साडा ਇਹ ਕੱਲ ਨੂੰ ਵੱਡਾ ਰੂਪ ਬਣ ਕੇ ਆਊਗਾ, ਨਾ ਅਸੀਂ ਕਿਸੇ ਐਮ ਐਲ ਏ ਨੂੰ ਦੇਖਣਾ ਨਾ ਕਿਸੇ ਨੂੰ ਪੁਲਿਸ ਨੂੰ ਦੇਖਣਾ। ਗੱਲ ਕਰੀਏ ਰਿਹਾਇਸ਼ੀ ਇਲਾਕਾ ਜਿਹੜਾ ਨਾਲ ਹੈ ਘਰ ਦੇ ਵਿੱਚ ਛੋਟੇ ਛੋਟੇ ਬੱਚੇ ਵੀ ਆਉ ਵੀ ਇੱਥੇ ਆਉਂਦੇ ਹੋਣੇ, ਕਿਤੇ ਨਾ ਕਿਤੇ ਗਲਤ ਪ੍ਰਭਾਵ ਨਹੀਂ ਪੈ ਰਿਹਾ ਜੀ? ਪੈ ਰਿਹਾ ਜੀ, ਬਹੁਤ ਗਲਤ ਪ੍ਰਭਾਵ ਪੈ ਰਿਹਾ, ਸ਼ਾਮ ਨੂੰ ਇੱਥੋਂ ਧੀ ਭੈਣ ਲੰਘ ਨਹੀਂ ਸਕਦੀ, ਧੀ ਭੈਣ ਲੰਘ ਨਹੀਂ ਸਕਦੀ, ਇੱਥੇ ਸ਼ਰਾਬੀ ਖੜੇ ਹੁੰਦੇ ਆ। ਅਤੇ ਪੁਲਿਸ ਨੂੰ ਤਲਾਕ ਕੀਤੀ ਹੁਣ ਤੁਸੀਂ? ਭਾਈ ਸਾਹਿਬ ਲਿਖਤ ਪਈ ਆ, ਅਸੀਂ ਇਹਨੂੰ ਸਮਝਾਉਣ ਆਏ ਸੀਗੇ, ਹੁਣ ਤਲਾਕ ਕੀਤੀ ਹੈ, ਸਵੇਰੇ ਕਰਾਂਗੇ ਜੀ। ਅਤੇ ਹੁਣ ਕੀ ਕਾਰਵਾਈ ਕਰਾਉਂਗੇ ਜੀ? ਇਹ ਤਾਂ ਬਣਦਾ ਪਰਚਾ ਜਿਹੜਾ ਬਣਦਾ ਜੇ ਪੁਲਿਸ ਨੇ ਨਾ ਦਿੱਤਾ, ਮੈਂ ਸੀ ਪੀ ਸਾਹਿਬ ਨੂੰ ਸਵੇਰੇ ਲਿਖਤ ਉਹ ਦਊਂਗਾ। ਅੱਜ ਤਾਂ ਪਰਚਾ ਦੇਣ ਲੱਗੇ। ਅੱਛਾ, ਕੀ ਮੈਟਰ ਕੀ ਹੈ ਪੂਰਾ ਭਾਜੀ? ਇਹ ਸ਼ਰਾਬ ਵੇਚਦਾ ਕਿਤੇ, ਤੂੰ ਇਹ ਤਾਂ ਬਾਹਰ ਦੁਕਾਨ 'ਚ ਸੀ, ਇੱਥੇ ਬਾਹਰ ਪਈ ਸ਼ਰਾਬ ਪਈ ਸੀ, ਇਹ ਤਾਂ ਬਾਹਰ ਸ਼ਰਾਬ ਫੜਦੀ ਦੁਕਾਨ 'ਤੇ। ਅਤੇ ਲੋਕਾਂ ਨੇ ਮੁਹੱਲੇ ਵਾਲਿਆਂ ਨੇ ਫੜਿਆ ਜੀ? ਮੁਹੱਲੇ ਵਾਲਿਆਂ ਨੇ ਬਾਈ, ਤਾਂ ਬਾਹਰ ਸ਼ਰਾਬੀ ਮੁਹੱਲੇ ਵਾਲੇ ਇਕੱਠੇ ਹੋਏ ਹੀ ਫੜਿਆ, ਆਪਾਂ ਕਾਰਵਾਈ ਕਰ ਦਿੰਦੇ ਬੰਦੇ 'ਤੇ ਪਰਚਾ ਦਵਾਂਗੇ। ਮਾਮਲੇ ਦਰਜ ਹੋਏ? ਪਹਿਲਾਂ ਤਾਂ ਪਰਚਾ ਦਰਜ ਆ 64 ਸ਼ਰਾਬ ਦਾ। ਕਿੰਨੇ ਵਾਰੀ ਮਾਮਲੇ ਦਰਜ ਹੋ ਗਏ? ਮੇਰੇ ਇੱਕ ਦੋ ਮੁਕੱਦਮੇ ਦਰਜ ਹੈਗੇ ਇੱਥੇ। ਅਤੇ ਹੁਣ ਫਿਰ ਕਾਰਵਾਈ ਮੁਕੱਦਮਾ ਦਰਜ ਕਰਾਂਗੇ ਸ਼ਰਾਬ ਦਾ? ਸ਼ਰਾਬ ਦਾ ਕਈਆਂ ਦੇ ਨਾਮ ਵੀ ਇਸ਼ੂ ਲੈਂਦਾ ਵੀ, ਮੈਂ ਉਹਨਾਂ ਨੂੰ ਕੋਈ ਗੱਲ ਨਹੀਂ ਤਫਤੀਸ਼ ਕਰਾਂਗੇ, ਸਾਹਮਣੇ ਆਊਗਾ ਉੱਥੇ ਕਾਰਵਾਈ ਕਰਾਂਗੇ, ਪਤਾ ਲੱਗੂਗਾ। ਜਿਹਦੇ ਨਾਲ ਕਿਹੜੇ ਠਾਣੇ ਦਾ ਮਾਮਲਾ ਸਰ? ਜਿਹਦੇ ਨਾਲ ਚੌਂਕੀ ਕੋਚਰ ਮਾਰਕੀਟ ਦਾ ਜੀ।